ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਜੀ ਤੁਹਾਡਾ? ਰਾਜ ਸਿੰਘ ਗਿੱਲ ਜੀ। ਕਿੱਥੋਂ ਆਏ ਤੁਸੀਂ? ਅਸੀਂ USA ਤੋਂ ਆਏ ਜੀ, ਹੂਸਟਨ ਟੈਕਸਸ ਤੋਂ। ਅੱਛਾ ਜੀ, ਤੇ ਇੰਡੀਆ 'ਚ ਕਿੱਥੇ ਤੁਹਾਡਾ ਤਲਕ ਹੈਗਾ? ਸਾਡਾ ਜੀ ਮੋਗੇ ਆ। ਮੋਗੇ? ਇਹ ਕਿਹੜਾ ਜ਼ਿਲ੍ਹਾ? ਕਿਹੜਾ ਜ਼ਿਲ੍ਹਾ? ਵੀ ਹੁਣ ਮੋਗਾ ਹੀ ਆ, ਪਹਿਲਾਂ ਫਿਰੋਜ਼ਪੁਰ ਹੁੰਦਾ ਸੀ, ਫਿਰ ਫਰੀਦਕੋਟ ਬਣ ਗਿਆ, ਹੁਣ ਮੋਗਾ ਬਣ ਗਿਆ ਜੀ। ਅੱਛਾ, ਅਤੇ ਕੀ ਕਿੱਦਾਂ ਲੱਗਾ ਤੁਹਾਨੂੰ ਇੱਥੇ ਆ ਕੇ? ਪਹਿਲੀ ਦਫ਼ਾ ਆਏ ਹਾਂ ਜਾਂ ਪਹਿਲੇ ਵੀ ਆਉਂਦੇ ਰਹੇ? ਨਹੀਂ ਜੀ, ਪਹਿਲੀ ਦਫ਼ਾ ਆਏ ਹਾਂ। ਜਾਣੀ ਕਿ ਸਾਨੂੰ ਤਾਂ ਐਂ ਲੱਗਾ ਵੀ ਅਸੀਂ ਭੁੱਲੇ ਹੀ ਰਹੇ, ਸਾਨੂੰ ਆਉਣਾ ਚਾਹੀਦਾ ਸੀ ਪਹਿਲਾਂ। ਇੰਨਾ ਪਿਆਰ ਸਾਨੂੰ ਤੁਹਾਡੀ ਗੌਰਮੈਂਟ ਵੱਲੋਂ, ਪਾਕਿਸਤਾਨ ਦੀ ਗੌਰਮੈਂਟ ਵੱਲੋਂ, ਏਅਰਪੋਰਟ 'ਤੇ, ਏਅਰਪੋਰਟ ਤੋਂ ਬਾਅਦ ਹੋਟਲਾਂ ਵਿੱਚ ਸਿਕਿਉਰਿਟੀ, ਸਾਰਾ ਕੁਛ ਬਹੁਤ ਜ਼ਿਆਦਾ ਮਾਣ ਸਾਨੂੰ ਪ੍ਰਾਪਤ ਹੋਇਆ। ਅਸੀਂ ਪਾਕਿਸਤਾਨ ਸਰਕਾਰ ਦਾ, ਤੁਹਾਡਾ ਸਾਰਿਆਂ ਦਾ, ਮੁਸਲਮਾਨ ਭਰਾਵਾਂ ਦਾ, ਭੈਣਾਂ ਦਾ, ਬੱਚਿਆਂ ਦਾ, ਸਾਰੀਆਂ ਫੈਮਲੀਆਂ ਦਾ, ਜਿੱਥੇ ਛੋਟੇ ਗੁਰਦੁਆਰੇ ਵੀ ਸੀ, ਜਿੱਥੇ ਨਹੀਂ ਸੀ ਬਾਥਰੂਮ, ਸਾਨੂੰ ਇਹਨਾਂ ਨੇ ਸਾਰਿਆਂ ਨੇ ਆਪਦੇ ਘਰਾਂ ਵਿੱਚ ਜਾ ਕੇ ਸਾਫ ਕਰਵਾਏ, ਬਾਥਰੂਮ ਯੂਜ ਕਰਨ ਦਿੱਤੇ। ਇੰਨਾ ਮਾਣ ਸਾਨੂੰ ਕਦੇ ਮੇਰਾ ਖਿਆਲ ਇੰਡੀਆ 'ਚ ਵੀ ਨਹੀਂ ਮਿਲਿਆ ਜਿੰਨਾ ਸਾਨੂੰ ਇੱਥੇ ਮਿਲਿਆ। ਅੱਛਾ, ਤੁਹਾਡੇ ਕੋਲ ਇਹ ਪੁੱਛਾਂਗਾ ਮੈਂ ਕਿ ਤੁਸੀਂ ਇੰਡੀਆ 'ਤੇ ਜਾਂਦੇ ਰਹੇ ਹੋਵੇ, ਹਾਂਜੀ, ਅਤੇ ਇੱਥੇ ਅਤੇ ਇੰਡੀਆ ਦੇ ਵਿੱਚ ਤੁਸੀਂ ਕੀ ਫਰਕ ਦੇਖਿਆ? ਤਰੱਕੀ ਦੇ ਵਿੱਚ ਕੋਈ ਫਰਕ ਹੈਗਾ ਜਾਂ ਇੱਕੋ ਜਿਹੇ ਹੈਗੇ ਇਲਾਕੇ ਦੋਨੋਂ? ਇਹਨਾਂ ਦੇ ਬਾਰੇ ਤੁਹਾਡਾ ਦੱਸੋ। ਪਹਿਲੀ ਗੱਲ ਤਾਂ ਇਹ ਆ ਜੀ, ਮੈਨੂੰ ਇੰਡੀਆ ਛੱਡੇ ਨੂੰ 85 ਤਾਂ ਮੈਂ ਛੱਡਿਆ, ਮੈਂ ਗਿਆ ਹੀ ਨਹੀਂ, ਮੈਂ ਤਾਂ ਪਾਕਿਸਤਾਨ ਹੀ ਪਹਿਲੀ ਵਾਰ ਵੇਖਿਆ। ਮੈਨੂੰ ਤਾਂ ਹੁਣ ਵੀ ਇੰਡੀਆ ਵਰਗੋ ਹੀ ਲੱਗਦਾ ਵੀ ਇੰਡੀਆ ਹੀ ਆ, ਪਰ ਮੈਨੂੰ ਤਾਂ 85 ਚ ਜਿਹੜਾ ਤੁਸੀਂ ਦੋ ਉੱਥੇ ਦੇਖਿਆ ਹੋਣਾ, ਤੁਹਾਨੂੰ ਉਹੀ ਇੱਥੇ ਲੱਗ ਰਿਹਾ ਹੋਣਾ ਨਾ ਹੁਣ? ਨਹੀਂ ਨਹੀਂ, ਇੰਡੀਆ ਦੇ ਅੱਗੇ ਚੱਲ ਗਿਆ ਹੋਣਾ। ਨਹੀਂ ਨਹੀਂ, ਉਸ ਹਿਸਾਬ ਨਾਲ ਤਾਂ ਪਾਕਿਸਤਾਨ ਬਹੁਤ ਅੱਗੇ ਚੱਲ ਗਿਆ, ਕਿਉਂਕਿ ਜਿੱਥੋਂ ਇੱਥੋਂ ਦੇ ਹਾਈਵੇ ਜਾਂ ਮੋਟਰਵੇ ਵੇਖ ਕੇ ਤਾਂ ਐਂ ਲੱਗਦਾ ਵੀ ਬਹੁਤ ਹੀ ਕਮਾਲ ਦੀ ਗੱਲ ਆ। ਅੱਜ ਅਸੀਂ ਮੋਟਰਵੇ ਦੇ ਉੱਤੇ ਆਏ ਹਾਂ ਲਾਹੌਰ ਤੋਂ ਨਨਕਾਣਾ ਸਾਹਿਬ, ਤੇ ਕਮਾਲ ਹੀ ਹੋ ਗਈ, ਇੰਨਾ ਵਧੀਆ। ਮਤਲਬ ਕੱਲ੍ਹ ਵੀ ਅਸੀਂ ਉੱਥੋਂ ਇਸਲਾਮਾਬਾਦ ਤੋਂ ਨਨਕਾਣਾ ਸਾਹਿਬ ਨੂੰ ਆਏ ਹਾਂ, ਬਹੁਤ ਵਧੀਆ। ਤੇ ਜਿਹੜੇ ਅਸੀਂ ਕਿੰਨੇ ਦਿਨ ਦਾ ਤੁਹਾਡਾ ਇੱਥੇ ਸਟੇ ਆ ਤੇ ਕਿੱਥੇ ਕਿੱਥੇ ਤੁਸੀਂ ਜਾਣਾ ਹੈਗਾ? ਅਸੀਂ ਜੀ, ਸਾਡਾ ਅੱਜ ਚੌਥਾ ਪੰਜਵਾਂ ਦਿਨ ਆ, ਤੇ 2-3 ਦਿਨ ਹੋਰ, ਅਸੀਂ 30 ਤਰੀਕ ਨੂੰ ਵਾਪਸੀ ਆ। ਅਸੀਂ ਇਸਲਾਮਾਬਾਦ ਪਹਿਲਾਂ ਉਤਰੇ ਸੀ, ਤੇ ਇਸਲਾਮਾਬਾਦ ਤੋਂ ਫਿਰ ਅਸੀਂ ਪੰਜਾ ਸਾਹਿਬ ਤੇ ਦੂਜਾ ਆਪਣਾ ਉੱਥੇ ਜਿਹੜਾ ਹੈਗਾ ਆਪਣਾ ਮਾਤਾ ਸਾਹਿਬ ਕੌਰ ਤੇ ਹੋਰ ਜਿਹੜੇ ਨੇੜੇ ਨੇੜੇ ਗੁਰਦੁਆਰੇ ਸੀਗੇ, ਮਸਜਿਦ ਫੈਜ਼ਲ ਮਸਜਿਦ ਜਿਹੜੀ ਆ ਉਹਦੇ ਵੀ ਦਰਸ਼ਨ ਕੀਤੇ, ਮਿਊਜ਼ੀਅਮ ਦੇ ਦਰਸ਼ਨ ਕੀਤੇ। ਤੇ ਉੱਥੇ ਵੀ ਸਾਨੂੰ ਮਸਜਿਦ ਵਿੱਚ ਵੀ ਇੰਨਾ ਮਾਣ ਮਿਲਿਆ ਵੀ ਬਹੁਤ ਜ਼ਿਆਦਾ, ਜਾਣੀ ਕਿ ਸਾਰੇ ਇੰਨੇ ਖੁਸ਼ ਵੀ ਸਾਡੇ ਨਾਲ, ਸਾਰਿਆਂ ਨੇ ਫੋਟੋ ਵੀ ਲਵਾਏ, ਮੀਡੀਆ ਵਾਲੇ ਵੀ ਆਏ ਸਾਡੇ ਕੋਲ, ਬਹੁਤ ਮਨ ਖੁਸ਼ ਹੋਇਆ। ਜਾਣੀ ਕਿ ਇੰਨਾ ਕਿਤੇ ਜਿਵੇਂ ਆਪਣੇ ਹਰਿਮੰਦਰ ਸਾਹਿਬ ਜਾਂਦੇ ਮੁਸਲਮਾਨ ਭਰਾ, ਤੇ ਇੰਨਾ ਹੀ ਸਾਨੂੰ ਫੈਜ਼ਲ ਮਸਜਿਦ ਵਿੱਚ ਮਿਲਿਆ। ਉੱਥੇ ਲੋਕਾਂ ਨੇ, ਅਸੀਂ ਅੰਦਰ ਗਏ, ਜੁਮੇ ਦਾ ਦਿਨ ਸੀਗਾ, ਅਸੀਂ ਉਹਨਾਂ ਨਾਲ ਨਮਾਜ਼ ਵੀ ਕੀਤੀ, ਸਾਨੂੰ ਪਤਾ ਤਾਂ ਲੱਗਦਾ ਨਹੀਂ, ਪਰ ਅਸੀਂ ਨਾਲ ਹੀ ਨਮਸਕਾਰ ਕੀਤੀ ਤੇ ਬੜਾ ਚੰਗਾ ਲੱਗਾ। ਦੇਖੋ ਨਾ, ਤੁਸੀਂ ਉੱਥੇ ਮੁਸਲਮਾਨ ਭਰਾਵਾਂ ਦੇ ਨਾਲ ਜਾ ਕੇ ਬੈਠੇ, ਉਹਨਾਂ ਦੀ ਮਸਜਿਦ 'ਚ ਗਏ, ਹੁਣ ਮੈਂ ਮੁਸਲਮਾਨ ਆ, ਮੈਂ ਦੇਖੋ ਮੈਂ ਜਿਹੜੀ ਹੈਗੀ ਪੱਗ ਵੀ ਬੰਨੀ ਹੋਈ ਹੈ, ਮੈਂ ਤੁਹਾਡੇ ਨਾਲ ਜਿਹੜਾ ਹੈਗਾ ਉਹ ਬੈਠਾ, ਤੇ ਮੈਂ ਇਹੀ ਮੈਂ ਗੱਲ ਕਰਨਾ ਚਾਹ ਰਿਹਾ ਸੀ ਵੀ ਅਸੀਂ ਆਪਸ ਇੰਨਾ ਸਾਡਾ ਪਿਆਰ ਆ, ਸਾਨੂੰ ਨਹੀਂ ਇੱਥੇ ਪਤਾ ਕੌਣ ਮੁਸਲਮਾਨ ਹੈ ਕੌਣ ਸਿੱਖ ਆ, ਤੇ ਇਹ ਇਸ ਤਰ੍ਹਾਂ ਹੀ ਪਿਆਰ ਨਹੀਂ ਹੋਣਾ ਚਾਹੀਦਾ ਪੂਰੇ ਪਾਕਿਸਤਾਨ 'ਚ ਵੀ ਤੇ ਪੂਰੇ ਇੰਡੀਆ 'ਚ ਵੀ? ਜਿੱਦਾਂ ਹੁਣ ਬਾਰਡਰ ਦੇ ਉੱਤੇ ਵੀਜ਼ੇ ਦੀ ਪਾਬੰਦੀ ਹੈ, ਇੱਕ ਦੂਸਰੇ ਪਾਸੇ ਨਹੀਂ ਅਸੀਂ ਜਾ ਸਕਦੇ, ਇਹ ਸਾਰਾ ਨਫ਼ਰਤਾਂ ਖਤਮ ਨਹੀਂ ਹੋਣੀ ਚਾਹੀਦੀ, ਕਦੋਂ ਖਤਮ ਹੋਣਗੀਆਂ ਸਾਰੀਆਂ ਨਫ਼ਰਤਾਂ? ਇਹ ਜੀ, ਜਿੰਨਾ ਚਿਰ ਇਲੈਕਸ਼ਨਾਂ ਦਾ ਇਹ ਸਾਰਾ ਪੋਲੀਟੀਕਲ ਲੋਕਾਂ ਦਾ ਬਣਾਇਆ ਹੋਇਆ, ਇਲੈਕਸ਼ਨਾਂ ਤੋਂ ਪਹਿਲਾਂ ਉਹ ਇੱਧਰ ਕੋਈ ਨਾ ਕੋਈ ਇਹੋ ਜਿਹੀ ਗੱਲਬਾਤ ਕਰਾਉਂਦੇ ਆ ਸਾਨੂੰ ਉੱਥੇ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਲੜਾਉਣ ਨੂੰ, ਜਾਂ ਉੱਥੇ ਇਹੋ ਜਿਹੀ ਕਰਾਉਂਦੇ ਆ, ਇੱਧਰ ਮਨ 'ਚ ਨਫ਼ਰਤ ਪਾਉਂਦੇ ਆ, ਪਰ ਰਿਐਲਿਟੀ ਵਿੱਚ ਕੋਈ ਨਫ਼ਰਤ ਨਹੀਂ, ਅਸਲੀਅਤ ਇਹ ਆ ਵੀ ਬਹੁਤ ਪਿਆਰ ਆ ਇਹਨਾਂ, ਜਾਣੀ ਸਾਡੇ ਕੋਲ ਕੋਈ ਲਫ਼ਜ਼ ਹੀ ਨਹੀਂ ਵੀ ਅਸੀਂ ਤੁਹਾਡਾ, ਆ ਸਿਕਿਉਰਿਟੀ ਵਾਲਿਆਂ ਦਾ, ਪੁਲਿਸ ਵਾਲਿਆਂ ਦਾ, ਜਿੱਥੇ ਵੀ ਜਾਂਦੇ ਹਾਂ ਉਹ ਪਹਿਲਾਂ ਹੀ ਐਂ ਕਹਿੰਦੇ ਵੀ ਇਹਨਾਂ ਨੂੰ ਪਹਿਲ ਦਿਓ, ਇਹਨਾਂ ਨੂੰ ਪਹਿਲ ਦਿਓ। ਕੱਲ੍ਹ ਸਾਡਾ ਡਿਨਰ ਵੀ ਸਾਡਾ ਇੱਥੋਂ ਪੰਜਾਬ ਦੇ ਕਿਸੇ ਮਿਨਿਸਟਰ ਦਾ ਹੀ, ਮੈਨੂੰ ਯਾਦ ਨਹੀਂ ਉਹਨਾਂ ਦਾ ਕੀ ਨਾਂ, ਅਤੇ ਉਹਨਾਂ ਨੇ ਕਮਾਲ ਹੀ ਕਰਾਤਾ ਸਾਨੂੰ, ਰਵਾ ਤਾ ਉਹਨਾਂ ਨੇ ਇਹ ਗੱਲ ਕਹਿ ਕੇ ਵੀ ਬਾਬਾ ਨਾਨਕ ਤੁਹਾਡਾ ਇਕੱਲਿਆਂ ਦਾ ਨੀਗਾ, ਸਾਡਾ ਵੀ ਹੈ, ਬਾਬਾ ਨਾਨਕ ਸਾਡਾ ਵੀ ਹੈ, ਸਾਡਾ ਪੀਰ ਆ ਉਹ। ਅਤੇ ਉਹਨਾਂ ਨੇ ਇਹ ਕਿਹਾ ਵੀ ਇਹ ਠੀਕ ਆ ਵੀ ਪਾਕ ਜੇ ਨੁਕਸਾਨ ਹੋਇਆ ਇਕੱਲੇ ਪੰਜਾਬ ਦਾ ਹੋਇਆ, ਪੰਜਾਬ ਹੀ ਵੰਡਿਆ ਗਿਆ, ਇੰਡੀਆ ਨਹੀਂ ਵੰਡਿਆ ਗਿਆ, ਪੰਜਾਬ ਵੰਡਿਆ ਗਿਆ। ਅਤੇ ਉਹ ਕਹਿੰਦਾ ਵੀ ਅਸਲ ਵਿੱਚ ਸੋਥੋਂ ਖੋਇਆ ਗਿਆ ਇਹ, ਅਤੇ ਇਹ ਅਸੀਂ ਤੁਹਾਨੂੰ ਹੀ ਦਿੰਦੇ ਹਾਂ ਵੀ ਤੁਹਾਡਾ, ਅਤੇ ਤੁਸੀਂ ਜੀ ਸੱਦ ਕੇ ਆਓ ਬਿਨਾਂ ਵੀਜ਼ੇ ਤਾਂ ਆਓ। ਪਾਕਿਸਤਾਨ ਗੌਰਮੈਂਟ ਇਹ ਕਹਿੰਦੀ ਆ ਵੀ ਅਸੀਂ ਤੁਹਾਨੂੰ ਵੀਜ਼ਾ ਫ੍ਰੀ ਕਰਦੇ ਹਾਂ, ਤੁਹਾਡਾ ਮੱਕਾ ਜਦੋਂ ਮਰਜ਼ੀ ਆਓ। ਹਾਂਜੀ ਬਿਲਕੁਲ, ਵੀਜ਼ਾ ਬਿਲਕੁਲ ਤੁਹਾਡਾ ਜਦੋਂ ਦਿਲ ਕਰੇ ਇੱਥੇ ਆ ਸਕੋ, ਤੁਹਾਨੂੰ ਇੰਨੀ ਆਜ਼ਾਦੀ ਹੋਣੀ ਚਾਹੀਦੀ ਆ। ਇਸੇ ਤਰੀਕੇ ਨਾਲ ਮੇਰੇ ਜਿਹੜੇ ਨਾਨਕਾ ਦਾਦਕਾ ਹੈਗਾ ਉਹ ਜਲੰਧਰ ਤੇ ਹੁਸ਼ਿਆਰਪੁਰ ਦਾ ਸੀ, ਮੇਰਾ ਵੀ ਬੜਾ ਮਨ ਕਰਦਾ ਕਿ ਮੈਂ ਵੀ ਉੱਧਰ ਜਾ ਕੇ ਦੇਖਾਂ ਵੀ ਸਾਡੇ ਬਾਪ ਦਾਦਾ ਜਿਹੜੇ ਉਹ ਕਿੱਥੇ ਰਹਿੰਦੇ ਹੁੰਦੇ ਸੀਗੇ।
थोड़ी जी नरमी होनी चाहिए जो थोड़ा दिल करे तुसी इत्थे आके सलामी दवो इत्थे दीदार करो दर्शन करो इसे तरह असी भी साडा भी जो दिल करे असी भी उधर जाइए ते तुसी जरा अपना नाम दसो ते जरा तुसी की कहना चाहोगे मैं बहुत खुश हाँ जी अपने तो बहुत ही खुश हाँ इन प्यार मिले आती है बच्चों ने बच्चियों ने बहुत आए मिले जी इतने ही रहने कद गए ही नहीं कि बाहर निकले ही नहीं बहुत बहुत अच्छा लगा तुम आगे हाँ जी अच्छा लगा तुम इतने बहुत ही जाने दिल नहीं करता पर जाना पैना मजबूरी है देखो जो यूनाइटेड यूरोप बन सकता 15-20 कट्ठे यूरोपियन कंट्री कट्ठे हो सकते दोनों जर्मन जर्मन आदि कंधा ढा के कट्ठे हो सकते हैं जो असी भी यूनाइटेड स्टेट ऑफ इंडिया बन सकते हैं ना साडा भी पाकिस्तान भी दोने पाकिस्तान जड़ा बंगलादेश पाकिस्तान अफगानिस्तान श्रीलंका नेपाल भूटान सारे एको एक कंट्री हो सकते हैं ना तो जिन्ना असी 40-50% सिक्योरिटी ते लाने बार्डर ते लाने उ जी भुखे मरते लोग असी उन्होंने को लाइए मतलब असी लड़ाउण दे जो लाया हुआ सिर्फ पॉलिटिशियन वास्ते वोटा लैण वास्ते मतलब कोई कोई लोगों में है ही नहीं बेचारे बच्च जरा 40% 50% बजट का लोग भुखे मरी जाते असं कहने अं चंद पहुँच गए असं फलाने तो चले गए कि पहुँच गए चंद के उत्ते असी जो बार्डर फ्री कर दिए सारे एक यूनाइटेड स्टेट ऑफ इंडिया बन जाए कोई किसी को नफरत ही ना करे कोई पाकिस्तान चले जाए कोई इंडिया चले जाए कोई आन जा कि बिजनेस होनी इकोनमी वधे वो जरा 40-50% असं डिफेंस से लाने वो लोगों के उत्ते लगे गरीबों के उत्ते लगे तो असं अमेरिका कनेडा तो भी वधिया हो सकते सू लोड़ की जान की तो यह सारा साढ़े पोलीटिकल लीडर ने बनाया हुआ ना कि लोगों ने बनाया हुआ बड़ी चंगी तो वधिया गल की है बाकी इदा ही है साढ़े वाल भी इदा के लीडर है कि जेडे इंडिया के खिलाफ नफरत ही लोगों के दिलों में पाते रहते हैं उन्होंने एको ही गल हों कि इंडिया इदा इंडिया उदा है तो फलाना टमकाना इस तरीके ना उधर भी कुछ लोग है कि जेडे ये नहीं चाहते कि दोनों मुल्क जेडे आपस नाल अच्छे इतफाक दे नाल रहन ते ये वॉर करना चाहिए कदों तक असी 75 साल हो गए असी वक् हो सानू जेड़ा है यही मसले मसायल जिन्होंने उलझाया होया कभी कोई गल तो कभी कोई गल तो यह सारिया चीज़ों खत्म होना चाहिए आ तो सानू आपस जिदा साडा तुहाडा आपस प्यार मुहब्बत है ये साडिया गौरमेंटा भी चाहिए कि आपस प्यार मुहब्बत वधाउण ते जेड़े मसले मसायल बह के हल करन इन्हां चीज़ां नूं खत्म करन नूं मसले है ही नहीं जी कोई मसले बनाए तो इन्हां लोगों के ही है ना पोलीटिकल लोगों के बनाए हुए आ मतलब जो भी जे कदे भी समा आऊगा जे हुण मन लो भी इंडिया जिन्ना मतलब गरीबी मीरी का फर्क पई जांदा जिन्ना लोग जे कल नूं उत्थे कोई सिविल वार हुंदी आ उन्हां दे 15-20 टुकड़े हो जाणगे पाकिस्तान दे हो जाणगे इत्थों ज़्यादा गरीबी आ जाऊगी मतलब एक दिन इकट्ठा तो होना ही पऊगा नहीं असी बड़े देशों की गुलामी करी जावे हम भी वो मार्केट वास्ते कित इंडिया की सपोर्ट करते कित पाकिस्तान की सपोर्ट करते सू सारे यूज करी जाते हैं तो सू सारे लड़ा लड़ा के मारी जाते हैं तो असी नफरत पैदा करी मतलब साढ़े मन में नफरत पैदा करी जाते हैं वैसे रियालिटी है नहीं आ देखो हम इतने मुसलमान भाई साहब ज्यादा आ इतने जिन्हें सेवादार जिन्हें लंगर सारे जिन्हें सफाई करते जिन्हें वो कौन कर दे सिख तो है ही थोड़े मुसलमान ही है मुसलमान के मुंडे कुड़िया बेचारे फिर उन्होंने जो पहला लगता है सिख आ पगड़ी वाला उत्तों की पहला थोड़ा कहते सरदार जी तुम मूहरे आ जाओ थोनू पहला मतलब देंगे इस करके मना में है ही नहीं कोई गल ये भी चाहते हैं भी जे सिख हो सू वधिया राज मिले असी कट्ठे होइए असी मुसलमान सिख सारे हिंदू जिन्हें भी कट्ठे होकर रहीए इतने 2-3 मिलियन मैं तो हूँ पता लगे भी इतने 2-3 मिलियन हिंदू भी है 2-3 60-70 लाख पंजाबी भी गुरसिख भी है तो फिर क्यों नहीं असी सारे इकट्ठे रह सकते नफरत जी है ना वो लोगों के इन्नी इन्होंने पा दी हुई है कुछ इलाकों के इतों वो तंग आ गए कुछ हिंदू भी जा रहे हैं कुछ सिख भरा भी साढ़े जेडे मुलक छड़ छड़ के जा रहे हैं वह असर हैगा कुछ इलाकों के जिते नफरत हैगी है लेकिन जी आम लोग है ना वो आपस बहुत प्यार मुहब्बत ना रेंदे है ये दिन कोई दूर नहीं एक दिन अल्लाह ताला मतलब परमात्मा वाहेगुरु एक दिन एहो जिहा दिन लियाऊगा फिर कट्टा होगा क्योंकि लोगों दी अरदासां फिर सुनिया जाणगियां आ जिहड़े गुरस्थानां नूं तोड़िया हुआ तुसीं आपदे हिंदू आपदे उन्हां दे मंदर किन्ने उन्हां विच खुले नहीं आ सकते साडे गुरद्वारे किन्ने असीं नहीं आ सकते ये सारे लोगों दी अरदासां सुनिया ही जाणगियां एक दिन अल्लाह कृपा करूगा ही करूगा एक दिन वाहेगुरु कृपा करूगा ही करूगा ये कारे एक होणगे होणगे ਕਿੰਨਾ ਕੁ ਤੇਰੇ ਪੋਲੀਟੀਕਲ ਕੂੜ ਦੇ ਉੱਤੇ ਝੂਠ ਦੀ ਤਾਂ ਕੋਈ ਮਰਿਆਦ ਹੁੰਦੀ ਨਹੀਂ ਕੋਈ ਨਹੀਂ ਸੱਚ ਤਾਂ ਜਿੱਤੂਗਾ ਇੱਕ ਦਿਨ ਸੱਚ ਦੀ ਜਿੱਤ ਆਊਗੀ ਅੱਛਾ ਤੁਸੀਂ ਇੰਡੀਆ ਤੇ ਗਏ ਨਹੀਂ ਹੈਗੇ ਤੇ ਇੱਥੇ ਤੁਸੀਂ ਆਏ ਆ ਕੋਈ ਤੁਸੀਂ ਕਿਤੇ ਦੇ ਸਾਗ ਮਕਾਈ ਦੀ ਰੋਟੀ ਕੋਈ ਇਦਾਂ ਦੀਆਂ ਚੀਜ਼ਾਂ ਵੀ ਖਾਧੀਆਂ ਖੁਦੀਆਂ ਜਾਂ ਬਸ ਉਵੇਂ ਜੋ ਸਾਨੂੰ ਇੰਡੀਆ ਵਿੱਚ ਮਿਲਦਾ ਸੀ
जेडे भी जेडे अही रह रहे होटल बेशक फाइव स्टार होटल आ पर जिहड़ा साडा ब्रेक स्पॉट आ वह भी साडा परौठे आलू परौठे दूजे परौठे ते छोले दाल सारा भुजिया वाहेगुरु दलिया हलवा सब कुछ उही मिलदा शाम नूं जदों लंच हुंदा उही मक्की ते रोटी साग मखनी आलूआं दी सब्जी मटरां दी सब्जी उही जो असीं उत्थे खांदे सी ਉਦੋਂ ਟੇਸਟੀ ਮਿਲਦਾ ਵਧੀਆ ਮਿਲਿਆ ਤੁਹਾਨੂੰ ਕੋਈ ਨਹੀਂ ਕਮੀ ਮਹਿਸੂਸ ਹੋਈ ਹਾਂ ਜੀ ਇੱਕ ਦਿਨ ਨਹੀਂ ਮਹਿਸੂਸ ਹੋਈ ਇੱਕ ਦਿਨ ਸਗਾਂ ਦੀ ਬਹੁਤ ਖੁਸ਼ੀ ਹੁੰਦੀ ਆ ਦੁਬਾਰਾ ਵੀ ਆਓਗੇ ਹੁਣ ਇੱਥੇ ਤੁਸੀਂ ਮੈਂ ਕਹਿੰਦਾ ਜੀ ਅਸੀਂ ਹਰ ਵਾਰੀ ਆਇਆ ਕਰਾਂਗੇ ਹਰ ਸਾਲ ਆਇਆ ਕਰਾਂਗੇ ਔਰ ਇਤੋਂ ਜ਼ਿਆਦਾ ਲੋਕਾਂ ਨੂੰ ਲੈ ਕੇ ਆਵਾਂਗੇ ਮੈਂ ਵੀ ਪਹਿਲੀ ਵਾਰੀ ਆਇਆ ਮੈਨੂੰ ਵੀ ਨਹੀਂ ਪਤਾ ਸੀ ਕਿ ਇੱਥੇ ਇੰਨਾ ਅੱਛਾ ਇੱਕ ਮੌਕਾ ਹੁੰਦਾ ਮੈਂ ਲਾਇਲਪੁਰ ਦਾ ਰਹਿਣ ਵਾਲਾ ਵੈਸੇ ਤੇ ਅੱਛਾ ਜੀ ਹਾਂ ਜੀ ਇੱਥੇ ਨਾਲ ਹੀ ਹੈਗਾ 70-80 ਕਿਲੋਮੀਟਰ ਲਾਇਲਪੁਰ ਤੇ ਫੈਸਲਾਬਾਦ ਜਿਹਨੂੰ ਕਹਿੰਦੇ ਆ ਤੇ ਮੈਂ ਪਹਿਲੀ ਦਫਾ ਆਇਆ ਤੇ ਮੈਂ ਉਮੀਦ ਕਰਦਾ ਹੁਣ ਮੈਂ ਹਰ ਵਾਰੀ ਇੱਥੇ ਆਇਆ ਕਰਾਂਗਾ ਇੱਥੇ ਤੁਹਾਡੇ ਨਾਲ ਜਿਹੜਾ ਹੈਗਾ ਵਕਤ ਬਿਤਾਇਆ 5 ਸਾਲ ਤਾਂ ਹੋ ਗਏ ਜੀ ਮੈਂ ਵੀ ਪਹਿਲੀ ਵਾਰੀ ਆਇਆ ਮਸਾ ਮੱਥੇ ਨੂੰ ਆਏ ਲਾਇਆ ਮਿੱਟੀ ਨੂੰ ਇਸ ਸਾਡੇ ਗੁਰੂਆਂ ਮੈਨੂੰ ਜੇ ਕੋਈ ਮੁਸਲਮਾਨ ਭਰਾ ਨੇ ਪੁੱਛਿਆ ਵੀ ਤੁਸੀਂ ਕਿਵੇਂ ਆਏ ਮੈਂ ਕਿਹਾ ਸਾਡਾ ਮੱਕਾ ਮੈਂ ਤਾਂ ਅੱਜ ਸਾਡੇ ਡਰਾਈਵਰ ਨੂੰ ਹੀ ਕਿਹਾ ਮੈਂ ਅਸੀਂ ਤੁਹਾਨੂੰ ਈਦ ਮੁਬਾਰਕ ਕਹਿੰਦੇ ਸਾਡੀ ਅੱਜ ਈਦ ਮੁਬਾਰਕ ਹੀ ਆ ਸਾਡਾ ਅੱਜ ਸਾਡਾ ਜਾਨੀ ਅਸਲੀ ਮੁਰਸ਼ਿਦ ਦਾ ਦਿਨ ਹੈ ਨਾ ਇਸ ਕਰਕੇ ਦੇਖੋ ਵਾਹਿਗੁਰੂ ਗੁਰੂ ਨਾਨਕ ਵਿੱਚ ਮੁਹੰਮਦ ਸਾਹਿਬ ਵਿੱਚ ਤੇ ਜਿਹੜਾ ਜੀਸਸ ਕ੍ਰਾਈਸਟ ਵਿੱਚ ਕੋਈ ਫਰਕ ਨਹੀਂ ਆ ਜਾਂ ਕ੍ਰਿਸ਼ਨ ਭਗਵਾਨ ਜਾਂ ਕੋਈ ਵੀ ਆ ਇਹ ਤਾਂ ਜਿਵੇਂ ਭਰਾ ਹੁੰਦੇ ਆ ਪੰਜ ਚਾਰ ਭਰਾ ਪਰਮਾਤਮਾ ਇੱਕੋ ਹੀ ਆ ਹਾਂਜੀ ਮਤਲਬ ਉਹ ਕਿਸੇ ਦਾ ਰਹਿਣ ਸਹਿਣ ਕੋਈ ਹੋ ਸਕਦਾ ਕਿਸੇ ਦਾ ਰਹਿਣ ਸਹਿਣ ਕੋਈ ਹੋ ਸਕਦਾ ਮਤਲਬ ਵਾਹਿਗੁਰੂ ਤਾਂ ਇੱਕੋ ਹੀ ਹੈ ਅੱਲਾਹ ਤਾਂ ਇੱਕੋ ਹੀ ਹੈ ਨਾ ਹਾਂਜੀ ਉਹੀ ਤੁਹਾਡੇ ਕੁਰਾਨ ਵਿੱਚ ਲਿਖਿਆ ਉਹੀ ਸਾਡੇ ਲਿਖਿਆ ਇਸ ਕਰਕੇ ਮਸਜਿਦਾਂ ਮੰਦਰ ਗੁਰਦੁਆਰੇ ਨਹੀਂ ਕਿਸੇ ਨੂੰ ਵੱਖ ਕਰਦੇ ਇਹ ਤਾਂ ਜੋੜਦੇ ਆ ਪੋਲੀਟੀਕਲ ਤੋੜਦੇ ਆ ਉਹ ਸਾਡੇ ਮੰਦਰਾਂ ਗੁਰਦੁਆਰਿਆਂ ਨੂੰ ਮੈਸੇਜ ਯੂਜ਼ ਕਰਦੇ ਅਸਲ ਵਿੱਚ ਸੱਚਾਈ ਇਹ ਹੈ ਇਹ ਮੁਹੱਬਤ ਦਾ ਪੈਗਾਮ ਹੈ ਜਿਹੜਾ ਤੁਸੀਂ ਸਾਨੂੰ ਦਿੱਤਾ ਆ ਤੇ ਇਹ ਜਿਹੜੇ ਸਾਡੇ ਦੇਖਣ ਵਾਲੇ ਆ ਉਹ ਵੀ ਪੂਰੀ ਦੁਨੀਆ 'ਚ ਦੇਖਦੇ ਆ ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਅੱਜ ਵਧਾਈ ਜਿਹੜਾ ਹੈਗਾ ਮੁਬਾਰਕ ਦਿਨ ਜਿਹੜਾ ਉਹਦੀ ਵਧਾਈ ਵੀ ਜ਼ਰਾ ਦੇ ਦਿਓ ਸਾਰਿਆਂ ਨੂੰ ਹਾਂਜੀ ਅਸੀਂ ਸਾਰੇ ਮੁਸਲਮਾਨ ਭਰਾਵਾਂ ਨੂੰ ਸਿੱਖ ਜਗਤ ਨੂੰ ਸਾਰੇ ਸੰਸਾਰ ਨੂੰ ਗੁਰੂ ਨਾਨਕ ਸਾਹਿਬ ਦੇ 594 ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਕਹਿੰਦੇ ਹਾਂ ਮੁਸਲਮਾਨ ਸਾਹਿਬ ਭਾਈਆਂ ਦਾ ਵੀ ਅਸੀਂ ਬਹੁਤ ਜਾਣੀ ਦੀ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਮਤਲਬ ਅਸੀਂ ਧੰਨਵਾਦ ਵੀ ਕਰਦੇ ਹਾਂ ਵੀ ਤੁਸੀਂ ਸਾਡੀ ਖੁਸ਼ੀ ਵਿੱਚ ਇੰਨੇ ਸ਼ਾਮਿਲ ਹੋਏ ਆ ਮੈਨੂੰ ਹੈਰਾਨੀ ਆ ਕਿ ਸਾਡੀ ਜਿੰਨੇ ਅਸੀਂ ਪੰਜਾਬੀ ਜਾਂ ਅਸੀਂ ਸਾਰੀ ਦੁਨੀਆ ਤੋਂ ਆਏ ਹਾਂ ਅਤੇ ਪਾਕਿਸਤਾਨ ਤੋਂ ਮੁਸਲਮਾਨ ਭੈਣ ਭਰਾ ਸਾਡੇ ਨਗਰ ਕੀਰਤਨ ਵਿੱਚ ਵੀ ਵੱਧ ਤੋਂ ਵੱਧ ਆਏ ਆ ਅਤੇ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਅਤੇ ਸਾਰਿਆਂ ਨੂੰ ਅਸੀਂ ਸਾਡੇ ਕੋਲ ਕੋਈ ਲਫ਼ਜ਼ ਹੀ ਨਹੀਂ ਵੀ ਅਸੀਂ ਕੀ ਕਹੀਏ ਵੀ ਕਿਸ ਤਰ੍ਹਾਂ ਤੁਹਾਡਾ ਧੰਨਵਾਦ ਕਰੀਏ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ ਭਾਈ ਸਾਹਿਬ ਜੀ